ਅੱਜ ਕੱਲ ਦੇ ਮੌਸਮ ਚ ਸੱਪ ਨਿਕਲਣੇ ਆਮ ਗੱਲ ਹੈ, ਪਰ ਜਲੰਧਰ ਦੇ ਇੱਕ ਘਰ ਚੋ 2-4 ਨਹੀਂ ਬਲਕਿ 24 ਸੱਪ ਨਿਕਲੇ। ਜੀ ਹਾਂ, ਪੂਰੇ 24 ਸੱਪ, ਜਿਨ੍ਹਾਂ ਨੂੰ ਵੇਖ ਮੁਹੱਲਾ ਵਾਸੀਆਂ ਦੇ ਹੋਸ਼ ਉੱਡ ਗਏ। ਦਰਅਸਲ ਜਲੰਧਰ ਦੇ ਮੁਹੱਲਾ ਬਚਿੰਤ ਨਗਰ ਚ ਲੰਮੇ ਸਮੇਂ ਤੋਂ ਇਹ ਮਕਾਨ ਖਾਲੀ ਪਿਆ ਸੀ। ਪੁਰਾਣੇ ਤੇ ਟੁੱਟੇ ਭੱਜੇ ਇਸ ਘਰ ਚ ਕਾਫੀ ਘਾਹ ਬੂਟੇ ਉੱਗੇ ਹੋਏ ਸੀ, ਜਿੱਥੇ ਕਈ ਵਾਰ ਸੱਪ ਵੇਖੇ ਗਏ। ਹੁਣ ਜਦੋਂ ਮਕਾਨ ਮਾਲਕ ਇਸ ਜਗ੍ਹਾ ਨੂੰ ਸਾਫ਼ ਕਰਵਾਉਣ ਲੱਗਾ ਤਾਂ ਮਜ਼ਦੂਰ ਨੇ ਸੱਪ ਵੇਖ ਕੇ ਸਫਾਈ ਕਰਨ ਤੋਂ ਮਨਾ ਕਰ ਦਿੱਤਾ, ਜਿਸ ਤੋਂ ਬਾਅਦ ਸੱਪ ਫੜਨ ਲਈ ਸਪੇਰੇ ਬੁਲਾਏ ਗਏ। ਜਿਵੇਂ ਹੀ ਸਪੇਰਿਆਂ ਨੇ ਬੀਨ ਵਜਾਈ, ਇੱਕ ਇੱਕ ਕਰਕੇ 24 ਛੋਟੇ ਵੱਡੇ ਸੱਪ ਬਾਹਰ ਆਉਂਦੇ ਗਏ। ਇੱਕ ਸੱਪ ਦੀ ਲੰਬਾਈ ਤਾਂ 6 ਫੁੱਟ ਤੱਕ ਦੱਸੀ ਜਾ ਰਹੀ ਹੈ, ਜਦਕਿ 3-4 ਸੱਪ 4-5 ਫੁੱਟ ਦੇ ਸਨ ਤੇ ਬਾਕੀ ਛੋਟੇ ਬੱਚੇ। ਇੱਕ ਪਾਸੇ ਜਦੋਂ ਸਪੇਰਾ ਬੀਨ ਵਜਾ ਕੇ ਘਰ ਚੋ ਸੱਪ ਫੜ ਰਿਹਾ ਸੀ ਤਾਂ ਉਧਰ ਨਾਲ ਲੱਗਦੀ ਗਲੀ ਚ ਰਹਿੰਦੇ ASI ਨੇ ਇੱਕ ਛੋਟਾ ਜਿਹਾ ਸੱਪ ਫੜ ਕੇ ਸਪੇਰਿਆਂ ਦੇ ਹਵਾਲੇ ਕੀਤਾ, ਜਿਸ ਨਾਲ ਕੁੱਲ ਫੜੇ ਗਏ ਸੱਪਾਂ ਦੀ ਗਿਣਤੀ 25 ਹੋ ਗਈ। ਮੁਹੱਲੇ ਚ ਇੰਨੀ ਵੱਡੀ ਗਿਣਤੀ ਚ ਸੱਪ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਜ਼ਰੂਰਤ ਹੈ ਆਪਣੇ ਘਰਾਂ ਤੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ, ਤਾਂ ਜੋ ਸੱਪਾਂ ਵਰਗੇ ਜ਼ਹਿਰੀਲੇ ਜੀਵਾਂ ਤੋਂ ਬਚਿਆ ਜਾ ਸਕੇ। ਜਲੰਧਰ ਤੋਂ ਸੋਨੂੰ ਮਹਾਜਨ, ਜਗਬਾਣੀ TV। ਕਿਵੇਂ ਹੋਰ ਵਧੀਆ ਹੋਵੇਗਾ ਤੁਹਾਡਾ ਜਗਬਾਣੀ ਅਖਬਾਰ? ਇਸ ਦੀ ਬਿਹਤਰੀ ਲਈ ਤੁਹਾਡਾ ਕੀ ਹੈ ਵਿਚਾਰ? ਅਸੀਂ ਕਰਵਾ ਰਹੇ ਹਾਂ ਆਨਲਾਈਨ ਸਰਵੇ, ਤਾਂ ਹੁਣੇ ਕਲਿੱਕ ਕਰੋ TV ਸਕਰੀਨ ਤੇ ਆ ਰਹੇ ਇਸ ਲਿੰਕ ਦੇ ਉੱਪਰ ਔਰ ਭੇਜੋ ਆਪਣਾ ਕੀਮਤੀ ਫੀਡਬੈਕ। ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਦੁਆਰਾ ਭੇਜੇ ਗਏ ਸੁਝਾਅ ਮੁਤਾਬਕ ਅਸੀਂ ਸੁਧਾਰ ਕਰ ਸਕੀਏ। ਔਰ ਹਾਂ, ਬੇਸ਼ੱਕ ਤੁਸੀਂ ਕੋਈ ਵੀ ਅਖਬਾਰ ਨਹੀਂ ਪੜ੍ਹਦੇ ਤਾਂ ਵੀ ਇਸ ਸਰਵੇ ਦਾ ਹਿੱਸਾ ਬਣ ਸਕਦੇ ਹੋ।